ਬਸ ਗਲਤੀ ਹੋ ਗਈ ਸਾਥੋਂ ਜੀ, ਉਹ ਮੇਰੀ ਭੈਣਾਂ ਵਰਗੀ ਆਪ ਦੀਦੀ ਵਰਗੀ ਮੇਰੀ ਸਾਡੀ ਦੀਦੀ ਵਰਗੀ ਗਲਤੀ ਹੋ ਗਈ ਸਾਥੋਂ ਜੀ ਬਹੁਤ ਵੱਡੀ। ਤੁਹਾਨੂੰ ਦੇਖਿਆ ਨੀ ਕਿੰਨੇ ਭੈੜੇ ਤੁਹਾਨੂੰ ਸੁੱਟ ਕੇ ਗਏ ਸੀ? ਹਾਂਜੀ ਸਰ। ਕਿਹੜੀ ਕਲਾਸ ਪੜ੍ਹਦੇ ਹੋ? ਤਸਵੀਰਾਂ 'ਚ ਵਿਖਰੇ ਲੁਟੇਰੇ ਉਹੀ ਨੇ ਜਿਨ੍ਹਾਂ ਦੇ ਵੱਲੋਂ ਕੁਝ ਦਿਨ ਪਹਿਲਾਂ ਇੱਕ ਕੁੜੀ ਤੋਂ ਉਸਦਾ ਬੈਗ ਖੋਹਣ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਇਸ ਕੁੜੀ ਦੇ ਵੱਲੋਂ ਆਪਣਾ ਬੈਗ ਨਹੀਂ ਛੱਡਿਆ ਸੀ, ਜਿਸ ਕਰਕੇ ਇਹ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਤਾਂ ਇਸ ਦੇ ਵਿੱਚ ਕੁੜੀ ਬੁਰੀ ਤਰੀਕੇ ਦੇ ਨਾਲ ਹੇਠਾਂ ਡਿੱਗਦੀ ਹੈ, ਜਿਸ ਤੋਂ ਬਾਅਦ ਲਗਾਤਾਰ ਇਹਨਾਂ ਲੁਟੇਰਿਆਂ ਦੀ ਭਾਲ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਸੀ, ਅਤੇ ਅੱਜ ਪੁਲਿਸ ਦੇ ਵੱਲੋਂ ਇਹਨਾਂ ਦੋਨਾਂ ਲੁਟੇਰਿਆਂ ਨੂੰ ਕਾਬੂ ਕਰ ਲਿਆ ਹੈ। ਤਾਂ ਦੱਸ ਦਈਏ ਕਿ ਮਾਮਲਾ ਬਰਨਾਲਾ ਤੋਂ ਸਾਹਮਣੇ ਆਇਆ ਹੈ, ਜਿੱਥੇ ਕੁਝ ਦਿਨ ਪਹਿਲਾਂ ਇਹਨਾਂ ਲੁਟੇਰਿਆਂ ਦੇ ਵੱਲੋਂ ਇੱਕ ਕੁੜੀ ਤੋਂ ਬੈਗ ਖੋਹਣ ਦੀ ਕੋਸ਼ਿਸ਼ ਕੀਤੀ ਗਈ ਸੀ, ਜੋ ਕਿ ਸਾਰੀ ਵਾਰਦਾਤ CCTV ਕੈਮਰੇ ਦੇ ਵਿੱਚ ਵੀ ਕੈਦ ਹੋਈ ਸੀ। ਤਾਂ ਇਸ ਪੂਰੀ ਵਾਰਦਾਤ ਦੇ ਵਿੱਚ ਇਹ ਲੜਕੀ ਬੁਰੀ ਤਰੀਕੇ ਦੇ ਨਾਲ ਜ਼ਮੀਨ 'ਤੇ ਡਿੱਗਦੀ ਹੈ, ਜਿਸ ਕਰਕੇ ਇਸਦੇ ਸੱਟਾਂ ਵੀ ਲੱਗਦੀਆਂ ਨੇ। ਜਿਸ ਤੋਂ ਬਾਅਦ ਇਸ ਸੰਬੰਧੀ ਇਹ ਮਾਮਲਾ ਪੁਲਿਸ ਦੇ ਕੋਲ ਪਹੁੰਚਿਆ ਸੀ, ਅਤੇ ਪੁਲਿਸ ਦੇ ਵੱਲੋਂ ਲਗਾਤਾਰ CCTV ਦੇ ਆਧਾਰ 'ਤੇ ਇਹਨਾਂ ਲੁਟੇਰਿਆਂ ਦੀ ਭਾਲ ਕੀਤੀ ਜਾ ਰਹੀ ਸੀ, ਜਿਸ ਤੋਂ ਬਾਅਦ ਹੁਣ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ, ਅਤੇ ਹੁਣ ਅਤੇ ਕੈਮਰੇ ਦੇ ਅੱਗੇ ਇਹਨਾਂ ਦੇ ਵੱਲੋਂ ਜੁਰਮ ਵੀ ਕਬੂਲਿਆ ਗਿਆ। ਅਤੇ ਇਹਨਾਂ ਕਿਹਾ ਕਿ BA ਦੇ ਵਿਦਿਆਰਥੀ ਨੇ ਅਤੇ ਨਸ਼ੇ ਦੇ ਆਦੀ ਨੇ, ਤਾਂ ਕੈਪਸੂਲ ਖਾਣ ਦੇ ਲਈ ਇਹਨਾਂ ਦੇ ਵੱਲੋਂ ਇਹ ਚੋਰੀ ਕੀਤੀ ਗਈ ਸੀ, ਅਤੇ ਹੁਣ ਇਹਨਾਂ ਨੂੰ ਇਸ ਚੋਰੀ ਦਾ ਪਛਤਾਵਾ ਵੀ ਹੈ। ਕੀ ਨਾਮ ਹੈ ਤੇਰਾ? ਮੇਰਾ ਨਾਮ ਸਹਿਬਰੀ ਸਿੰਘ ਜੀ। ਹੈ ਸਹਿਬਰੀ ਸਿੰਘ ਜੀ। ਇਹ ਕਿੰਨੇ ਚਿਰ ਤੋਂ ਤੁਸੀਂ ਇਹੋ ਜਿਹੀ ਲੁੱਟਾਂ ਖੋਹ ਕਰਦੇ ਹੋ? ਐਤਕੀ ਬਸ ਆਹੀ ਕੀਤੇ, ਇਹ ਤਾਂ ਪੜ੍ਹਨਾ ਹੁੰਦਾ ਨਾ ਜੀ ਸਰ। ਕੀ ਸੋਚ ਕੇ ਕੀਤੀ, ਕਾਹਦੇ ਵਾਸਤੇ ਕੀਤੀ ਸੀ? ਬਸ ਗਲਤੀ ਹੋ ਗਈ ਸਾਥੋਂ ਜੀ, ਉਹ ਮੇਰੀ ਭੈਣਾਂ ਵਰਗੀ ਆਪ ਦੀਦੀ ਵਰਗੀ ਮੇਰੀ ਸਾਡੀ ਦੀਦੀ ਵਰਗੀ ਗਲਤੀ ਹੋ ਗਈ ਸਾਥੋਂ ਜੀ ਬਹੁਤ ਵੱਡੀ। ਤੁਹਾਨੂੰ ਦੇਖਿਆ ਨੀ ਕਿੰਨੇ ਭੈੜੇ ਤੁਹਾਨੂੰ ਸੁੱਟ ਕੇ ਗਏ ਸੀ? ਹਾਂਜੀ ਸਰ। ਕਿਹੜੀ ਕਲਾਸ ਪੜ੍ਹਦੇ ਹੋ? ਉਹ 'ਚ ਬਣਦਾ ਜੀ, BA 'ਚ ਪੜ੍ਹਦਾ ਜੀ। ਕਿੱਥੇ? ਸਗੇੜੇ ਕਾਲਜ ਜੀ। ਖੋ ਕੇ ਕੀ ਕਰਨਾ ਸੀ ਸਮਾਨ ਤੁਸੀਂ? ਇਹਦੇ ਇਕੱਲੇ ਕੈਪਸੂਲ ਖਾਣਾ ਸਰ। ਤਾਂ ਹੁਣ ਅੱਗੇ ਤੋਂ ਇਹੋ ਜਿਹਾ ਕੁਛ ਕਰੋਗੇ? ਨਾ ਸਰ, ਇਹ ਗਲਤੀ ਹੋ ਗਈ, ਦੁਬਾਰਾ ਨਹੀਂ ਕਰਦੇ ਇਹ ਤੁਸੀਂ। ਕੈਪਸੂਲ ਕਿੱਥੋਂ ਮਿਲਦੇ? ਸਿਗਨੇਚਰ ਕੈਪਸੂਲ ਖਾਣਾ। ਕਿੱਥੋਂ ਮਿਲਦੇ ਨੇ ਉਹ? ਭਿੱਖੀ ਤੋਂ ਮਿਲਦੇ ਨੇ ਜੀ। ਦੱਸਿਆ ਪੁਲਿਸ ਨੂੰ ਭਿੱਖੀ ਤੋਂ ਕੈਪਸੂਲ? ਹਾਂਜੀ ਦੱਸਿਆ ਜੀ ਸਾਰਾ ਕੁਛ। ਪਹਿਲਾਂ ਵਾਰਦਾਤ ਕਰੀ ਕੋਈ? ਨਾ, ਕੋਈ ਨਹੀਂ ਕੀਤੀ ਜੀ ਪਹਿਲਾਂ। ਤੁਸੀਂ ਤਿੰਨੇ ਕਿ ਹੋਰ ਵੀ ਇਹ ਨਾਲ? ਤਿੰਨੇ ਹੈ ਜੀ। ਪਛਤਾਵਾ ਹੁਣ ਤੁਹਾਨੂੰ ਕਿੰਨਾ? ਹਾਂਜੀ ਫੁੱਲ ਪਛਤਾਵਾ ਜੀ ਸਾਨੂੰ। ਸਾਨੂੰ ਆਪਦਾ ਫੁੱਲ ਪਛਤਾਵਾ ਛੱਡ ਦਿੱਤੀ ਜੀ। ਜੀ ਮਿਤੀ 4/10/2024 ਨੂੰ ਬਾਅਦ ਦੁਪਹਿਰ ਵਕਤ ਕਰੀਬ 2:30 ਵਜੇ ਦੀ ਇਹ ਗੱਲ ਹੈ ਕਿ 16 ਏਕੜ ਦੇ ਨੇੜੇ ਪ੍ਰੇਮ ਪ੍ਰਧਾਨ ਮਾਰਕੀਟ ਦੇ ਕੋਲ ਇੱਕ ਸਾਡੇ ਬਰਨਾਲਾ ਦੇ LBS ਆਰੀਆ ਕਾਲਜ ਦੀ ਵਿਦਿਆਰਥਣ ਸੀ ਕੁੜੀ, ਅਰਸ਼ਦੀਪ ਕੌਰ ਵਾਸੀ ਧਨੌਲਾ। ਇਹ ਆਪਣੀ ਕਾਲਜ ਦੀ ਪੜ੍ਹਾਈ ਤੋਂ ਬਾਅਦ ਬੱਸ ਸਟੈਂਡ ਨੂੰ ਵਾਪਸ ਜਾ ਰਹੀ ਸੀ ਅਤੇ ਦੋ ਅਣਪਛਾਤੇ ਲੁਟੇਰੇ ਜੋ ਮੋਟਰਸਾਈਕਲ ਦੇ ਉੱਤੇ ਸਵਾਰ ਸੀ, ਉਹਨਾਂ ਨੇ ਇਹਦਾ ਜਿਹੜਾ ਹੈਂਡਬੈਗ ਹੈ ਉਹ ਸਨੈਚ ਕਰਨ ਦੀ ਕੋਸ਼ਿਸ਼ ਕੀਤੀ, ਅਤੇ ਜਦੋਂ ਇਹਨਾਂ ਨੇ ਉਹ ਸਨੈਚ ਕੀਤਾ ਤਾਂ ਇਹਨੇ ਉਹ ਆਪਣਾ ਬੈਗ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਜਿਹਦੇ ਵਿੱਚ ਕਿ ਜਿਹੜੀ ਕੁੜੀ ਸੀ ਅਰਸ਼ਦੀਪ ਕੌਰ ਇਹ ਬਹੁਤ ਹੀ ਜ਼ੋਰ ਦੀ ਧਰਤੀ ਦੇ ਉੱਤੇ ਡਿੱਗੀ ਅਤੇ ਇਹਦੇ ਕਾਫੀ ਜ਼ਿਆਦਾ ਸੱਟਾਂ ਵੱਜੀਆਂ, ਅਤੇ ਜਿਹੜੇ ਉਹ ਅਣਪਛਾਤੇ ਲੁਟੇਰੇ ਸੀ ਉਹ ਇਹਦਾ ਬੈਗ ਜਿਹੜਾ ਖੋ ਕੇ ਉੱਥੋਂ ਫਰਾਰ ਹੋ ਗਏ ਸੀ, ਜਿਹਦੇ ਵਿੱਚ ਇਹਦੀ ਕੁਛ ਨਕਦੀ ਅਤੇ ਡਾਕੂਮੈਂਟਸ ਵਗੈਰਾ ਹੈਗੇ ਸੀ। ਇਹ ਬਹੁਤ ਹੀ ਜਿਹੜਾ ਇੱਕ ਸੰਗੀਨ ਜੁਰਮ ਸੀਗਾ ਅਤੇ ਵੀਡੀਓ ਦੇਖ ਕੇ ਵੀ ਜਿਹੜਾ ਇਹ ਬੜੇ ਹੀ ਬੁਰੇ ਤਰੀਕੇ ਦੇ ਨਾਲ ਬੜੇ ਬਰਬਰਤਾ ਦੇ ਨਾਲ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀਗਾ, ਅਤੇ ਇਸ ਜਿਹੜਾ ਵਕੂਏ ਦੀ ਗੰਭੀਰਤਾ ਨੂੰ ਦੇਖਦੇ ਹੋਏ ਸਾਡੇ ਮਾਣਯੋਗ DGP ਸਾਹਿਬ ਜੀ ਦੀਆਂ ਹਦਾਇਤਾਂ 'ਤੇ ਸਾਡੇ ਪਟਿਆਲਾ ਰੇਂਜ ਦੇ DIG ਸਰਦਾਰ ਮਨਦੀਪ ਸਿੰਘ ਸਿੱਧੂ IPS ਅਤੇ ਸਾਡੇ SSP ਬਰਨਾਲਾ ਸ਼੍ਰੀ ਸੰਦੀਪ ਮਲਿਕ IPS ਜੀ ਦੇ ਦਿਸ਼ਾ ਨਿਰਦੇਸ਼ਾਂ 'ਤੇ ਵੱਖ ਵੱਖ ਟੀਮਾਂ ਬਣਾਈਆਂ ਗਈਆਂ ਸੀ, ਜਿਹਦੇ ਵਿੱਚ ਮੁਕੱਦਮਾ ਨੰਬਰ 440 ਮਿਤੀ 5/10/2024 ਅਧੀਨ ਧਾਰਾ 304 ਅਤੇ 115 BNS ਜਿਹੜਾ ਅਣਪਛਾਤੇ ਵਿਅਕਤੀਆਂ 'ਤੇ ਥਾਣਾ ਸਿਟੀ ਬਰਨਾਲਾ 'ਚ ਦਰਜ ਕਰਤਾ ਗਿਆ ਸੀਗਾ।
ਦੇ ਮਾਣਯੋਗ ਸੀਨੀਅਰ ਅਫਸਰਾਂ ਦੀਆਂ ਹਦਾਇਤਾਂ 'ਤੇ ਵੱਖ ਵੱਖ ਟੀਮਾਂ ਜਿਹੜੀਆਂ ਬਣਾਈਆਂ ਗਈਆਂ ਸੀ, ਜਿਹਦੇ ਵਿੱਚ ਸਾਡੇ ਸੀ ਆਈ ਏ ਸਟਾਫ ਦੇ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ, ਸਾਡੇ ਐੱਸ ਐੱਚ ਓ ਸਿਟੀ 1 ਇੰਸਪੈਕਟਰ ਲਖਵਿੰਦਰ ਸਿੰਘ ਅਤੇ ਸਾਡੇ ਚੌਂਕੀ ਬੱਸ ਸਟੈਂਡ ਦੇ ਇੰਚਾਰਜ ਏ ਐੱਸ ਆਈ ਚਰਨਜੀਤ ਸਿੰਘ, ਅਤੇ ਨਾਲ ਇਹਨਾਂ ਦੇ ਸਾਈਬਰ ਸੈੱਲ ਦੀਆਂ ਟੀਮਾਂ ਲਗਾ ਕੇ ਜਿਹੜਾ ਵੱਖ ਵੱਖ ਟੀਮਾਂ ਦੁਆਰਾ ਇਹਦੀ ਜਾਂਚ ਸ਼ੁਰੂ ਕੀਤੀ ਗਈ, ਅਤੇ ਸੀ ਸੀ ਟੀ ਵੀ ਕੈਮਰਾਜ਼ ਦੇ ਰਾਹੀਂ ਅਤੇ ਹੋਰ ਜਿਹੜੇ ਹਿਊਮਨ ਅਤੇ ਟੈਕਨੀਕਲ ਇੰਟੈਲੀਜੈਂਸ ਦੇ ਰਾਹੀਂ ਇਹਨਾਂ ਦੋਸ਼ੀਆਂ ਨੂੰ ਜਿਹੜਾ ਟਰੇਸ ਕੀਤਾ ਗਿਆ, ਅਤੇ ਵਿਦਿਨ 24 ਘੰਟੇ ਐੱਫ ਆਈ ਆਰ ਦਰਜ ਹੋਣ ਦੇ ਜਿਹੜੇ ਦੋਸ਼ੀ ਨੇ ਆਈਡੈਂਟੀਫਾਈ ਕਰ ਲਏ ਗਏ ਨੇ, ਜਿਨ੍ਹਾਂ ਦੇ ਵਿੱਚ ਸਹਿਜਪ੍ਰੀਤ ਸਿੰਘ ਅਤੇ ਗੁਰਪ੍ਰੀਤ ਸਿੰਘ, ਇਹ ਦੋਨੋਂ ਵਾਸੀ ਭੈਣੀ ਫੱਤਾ ਦੇ ਨੇ, ਇਹਨਾਂ ਨੂੰ ਜਿਹੜਾ ਮੁਕੱਦਮਾ ਦੇ ਵਿੱਚ ਨਾਮਜ਼ਦ ਕੀਤਾ ਗਿਆ। ਇਹ ਦੋਨੋਂ ਦੋਸ਼ੀ ਹੀ ਸੀ ਜਿਨ੍ਹਾਂ ਨੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਸੀ, ਅਤੇ ਇਹਨਾਂ ਨੂੰ ਜਦੋਂ ਆਪਾਂ ਨੇ ਨਾਮਜ਼ਦ ਕੀਤਾ ਹੈਗਾ ਅਤੇ ਸਾਡੇ ਜਿਹੜੀ ਪੁਲਿਸ ਪਾਰਟੀ ਹੈ ਇਹਨੂੰ ਇਤਲਾਹ ਮਿਲੀ ਕਿ ਦੁਬਾਰਾ ਫਿਰ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੇ ਜਿਹੜਾ ਤਾਕ ਵਿੱਚ ਨੇ, ਅਤੇ ਮੋਗਾ ਫਲਾਈਓਵਰ ਦੇ ਨੇੜੇ ਇਹ ਘੁੰਮ ਰਹੇ ਨੇ। ਜਦੋਂ ਪੁਲਿਸ ਪਾਰਟੀ ਨੇ ਇਹਨਾਂ ਦਾ ਪਿੱਛਾ ਕੀਤਾ ਅਤੇ ਇਹਨਾਂ ਨੇ ਮੋਟਰਸਾਈਕਲ ਭਜਾਇਆ ਕਾਫੀ ਜਿਹੜਾ ਜ਼ਿਆਦਾ ਸਪੀਡ ਦੇ ਵਿੱਚ, ਇਹਨਾਂ ਦਾ ਮੋਟਰਸਾਈਕਲ ਬੇਕਾਬੂ ਹੋਣ ਨਾਲ ਉੱਥੇ ਇਹ ਮੌਕੇ 'ਤੇ ਡਿੱਗੇ ਨੇ, ਅਤੇ ਕੁਛ ਇਹਨਾਂ ਦੇ ਸੱਟਾਂ ਵੀ ਲੱਗੀਆਂ ਨੇ, ਅਤੇ ਉਸ ਤੋਂ ਬਾਅਦ ਇਹਨਾਂ ਦੋਨਾਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ। ਅਤੇ ਫਰਦਰ ਪੁੱਛਗਿੱਛ ਦੇ ਵਿੱਚ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਜਿਹੜਾ ਸਹਿਜਪ੍ਰੀਤ ਸੀ ਇਹਦਾ ਬ੍ਰਦਰ ਹੈ ਇੱਕ ਮਹਿਕਪ੍ਰੀਤ ਸਿੰਘ, ਉਹ ਵੀ ਇਹਨਾਂ ਦੇ ਨਾਲ ਇਸ ਵਾਰਦਾਤ ਦੇ ਵਿੱਚ ਸ਼ਾਮਿਲ ਸੀ। ਉਹਦੇ ਵੱਲੋਂ ਪਹਿਲਾਂ ਰੈਕੀ ਕੀਤੀ ਗਈ ਸੀ। ਇਹ ਤਿੰਨੇ ਇਕੱਠੇ ਪਿੰਡ ਤੋਂ ਮੋਟਰਸਾਈਕਲ 'ਤੇ ਆਏ ਸੀ। ਜਿਹੜਾ ਮਹਿਕਪ੍ਰੀਤ ਸੀ ਉਹ ਇੱਥੇ ਮੂਹਰੇ ਪਹਿਲਾਂ ਰਸਤੇ ਨੂੰ ਦੇਖਦਾ ਸੀ ਸਾਰੇ ਏਰੀਏ ਨੂੰ, ਅਤੇ ਜਿਹੜੇ ਵਲਨਰੇਬਲ ਵਿਕਟਿਮਸ ਨੇ ਜਿਨ੍ਹਾਂ ਤੋਂ ਲੱਗਦਾ ਕਿ ਆਪਾਂ ਆਸਾਨੀ ਦੇ ਨਾਲ ਕੋਈ ਖੋਹ ਵਗੈਰਾ ਕਰ ਸਕਦੇ ਹਾਂ, ਉਹ ਆਈਡੈਂਟੀਫਾਈ ਕਰਕੇ ਇਹਨਾਂ ਨੂੰ ਫੋਨ 'ਤੇ ਦੱਸਦਾ ਸੀ। ਅਤੇ ਫਿਰ ਉਹ ਜਿਹੜੇ ਗੁਰਪ੍ਰੀਤ ਅਤੇ ਸਹਿਜਪ੍ਰੀਤ ਦੋਨਾਂ ਨੇ ਫਿਰ ਇਹ ਘਟਨਾ ਨੂੰ ਅੰਜਾਮ ਦਿੱਤਾ। ਅਤੇ ਇਹ ਜਿਹੜਾ ਮਹਿਕਪ੍ਰੀਤ ਆ ਜਿਹਨੇ ਰੈਕੀ ਕੀਤੀ ਸੀ ਇਹਨੂੰ ਵੀ ਜਿਹੜਾ ਨਾਮਜ਼ਦ ਕਰਕੇ ਮੁਕੱਦਮਾ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ। ਦੋਸ਼ੀਆਂ ਨੇ ਜਿਹੜਾ ਇਹਦੇ ਵਿੱਚ ਵਾਰਦਾਤ ਦੇ ਵਿੱਚ ਮੋਟਰਸਾਈਕਲ ਵਰਤਿਆ ਸੀ, ਸਿਲਵਰ ਕਲਰ ਦਾ ਸਪਲੈਂਡਰ ਨੰਬਰ PB10GX01110 01120, ਇਹ ਵੀ ਜਿਹੜਾ ਬਰਾਮਦ ਕਰ ਲਿਆ ਗਿਆ। ਅਤੇ ਹੁਣ ਦੋਸ਼ੀਆਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਫਰਦਰ ਰਿਮਾਂਡ ਲਿਆ ਜਾਏਗਾ ਜੀ, ਅਤੇ ਤਫਤੀਸ਼ ਜਾਰੀ ਹੈ। ਸਰ ਪਹਿਲਾਂ ਵੀ ਇਹਨਾਂ ਨੇ ਐਸੇ ਵਾਰਦਾਤਾਂ ਕੀਤੀਆਂ ਇਸ ਤਰ੍ਹਾਂ ਦੀਆਂ? ਜੋ ਹੁਣ ਤੱਕ ਦੀ ਪੁੱਛਗਿੱਛ ਸਾਹਮਣੇ ਆਇਆ ਕਿ ਇੱਥੇ ਪਹਿਲਾਂ ਵੀ ਇਹੋ ਜਿਹੀਆਂ ਵਾਰਦਾਤਾਂ ਅੰਜਾਮ ਦਿੰਦੇ ਰਹੇ, ਹਾਲਾਂਕਿ ਇਹਨਾਂ ਦੇ ਉੱਤੇ ਕੋਈ ਕ੍ਰਿਮੀਨਲ ਇਹਨਾਂ ਦੇ ਪਹਿਲਾਂ ਐੱਫ ਆਈ ਆਰ ਨਹੀਂ ਦਰਜ ਹੈਗੀ, ਇਹ ਪਹਿਲੀ ਵਾਰੀ ਪੁਲਿਸ ਦੇ ਦੁਆਰਾ ਫੜੇ ਗਏ ਨੇ। ਸਰ ਇਹ ਨਸ਼ੇ ਵਾਸਤੇ ਕਰਦੇ ਸੀ ਜਾਂ ਚੋਰੀ ਦੇ ਇਹਨਾਂ ਦੀ ਆਦਤ ਸੀ? ਮੁੱਢਲੇ ਤੌਰ 'ਤੇ ਜੋ ਸਾਹਮਣੇ ਆਇਆ ਕਿ ਛੋਟੇ ਮੋਟੇ ਨਸ਼ੇ ਜਿਵੇਂ ਕਿ ਸਿਗਨੇਚਰ ਕੈਪਸੂਲ ਵਗੈਰਾ ਇਹ ਲੈਣ ਦੇ ਆਦੀ ਨੇ, ਅਤੇ ਜਿਹੜਾ ਉਹ ਨਸ਼ੇ ਦੇ ਖਰਚੇ ਨੂੰ ਪੂਰਾ ਕਰ ਲਈਆਂ ਇਹੋ ਜਿਹੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ। ਉਸ ਏਰੀਏ 'ਚ ਜ਼ਿਆਦਾਤਰ ਸਟੂਡੈਂਟਸ ਲੰਘਦੇ ਨੇ ਮੇਨ, ਉੱਥੇ ਵੀ ਸਖਤੀ ਰੱਖੀ ਹੋਊਗੀ ਅੱਗੇ ਨੂੰ? ਹਾਂਜੀ ਬਿਲਕੁਲ, ਸਾਡੇ ਜੋ DGP ਸਾਹਿਬ ਪੰਜਾਬ ਦੁਆਰਾ ਜੋ ਸਾਰੇ ਜ਼ਿਲ੍ਹਿਆਂ ਨੂੰ ਹਦਾਇਤਾਂ ਹੋਈਆਂ ਨੇ ਕਿ ਜਿੰਨੇ ਵੀ ਸਨੈਚਿੰਗ ਜਿੱਥੇ ਜਿੱਥੇ ਹੁੰਦੀ ਹੈ ਸਨੈਚਿੰਗ ਹੌਟਸਪੋਟਸ ਬਣਾਏ ਗਏ ਨੇ। ਸਾਡੇ ਬਰਨਾਲਾ ਜ਼ਿਲ੍ਹੇ ਵਿੱਚ ਵੀ ਜਿੱਥੇ ਜਿੱਥੇ ਆਪਣੇ ਪਹਿਲਾਂ ਐੱਫ ਆਈ ਆਰ ਦਰਜ ਨੇ ਸਨੈਚਿੰਗ ਹੌਟਸਪੋਟ ਬਣਾ ਕੇ, ਇੱਕ ਤਾਂ ਉੱਥੇ ਆਪਾਂ CCTVs ਦੀ ਇੰਸਟਾਲੇਸ਼ਨ ਕਰ ਰਹੇ ਹਾਂ, ਅਤੇ ਦੂਜਾ ਉੱਥੇ ਨਾਕਾਬੰਦੀ ਅਤੇ ਪੈਟਰੋਲਿੰਗ ਨੂੰ ਵੀ ਵਧਾਇਆ ਜਾ ਰਿਹਾ, ਤਾਂ ਜੋ ਜਿਹੜੀਆਂ ਸਨੈਚਿੰਗ ਅਤੇ ਹੋਰ ਥੈਫਟ ਦੀਆਂ ਵਾਰਦਾਤਾਂ ਨੇ ਉਹਨਾਂ ਨੂੰ ਜਿਹੜਾ ਕੰਟਰੋਲ ਕੀਤਾ ਜਾ ਸਕੇ। ਮੋਟਰਸਾਈਕਲ ਇਹਨਾਂ ਦੇ ਨਾਮ ਹੈ ਸਰ? ਇਹ ਜਿਹੜਾ ਮੋਟਰਸਾਈਕਲ ਹੈ ਜੀ, ਇਹ ਇਹਨਾਂ ਦੇ ਸਹਿਜਪ੍ਰੀਤ ਦੇ ਫਾਦਰ ਭੋਲਾ ਸਿੰਘ ਦੁਆਰਾ ਖਰੀਦਿਆ ਗਿਆ ਸੀ, ਸੈਕਿੰਡ ਹੈਂਡ ਮੋਟਰਸਾਈਕਲ ਸੀ। ਜਿਹੜੇ ਇਹੋ ਜਿਹੀਆਂ ਵਾਰਦਾਤਾਂ ਕਰਦੇ ਨੇ ਉਹਨਾਂ ਨੂੰ ਅਸੀਂ ਇੱਕ ਹੀ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਬਰਨਾਲਾ ਜ਼ਿਲ੍ਹੇ ਦੇ ਵਿੱਚ ਜੇਕਰ ਤੁਸੀਂ ਕੋਈ ਹੀਨੀਅਸ ਕ੍ਰਾਈਮ ਨੂੰ ਅੰਜਾਮ ਦਿਓਗੇ ਤਾਂ ਦੁਨੀਆ ਦੇ ਉੱਤੇ ਕੋਈ ਵੀ ਇਹੋ ਜਿਹੀ ਜਗ੍ਹਾ ਨਹੀਂ ਹੈ ਜਿੱਥੇ ਸਾਡਾ ਬਰਨਾਲਾ ਪੁਲਿਸ ਦੇ ਹੱਥ ਤੁਹਾਡੇ ਤੱਕ ਨਹੀਂ ਪਹੁੰਚਣਗੇ, ਅਤੇ ਤੁਹਾਨੂੰ ਜਿਹੜਾ
ਇਹਦੀ ਸਜ਼ਾ ਭੁਗਤਣੀ ਪਏਗੀ।